ਅਰਦਾਸ ਦਾ ਤਰਕ ਸਭ ਤਰਕਾਂ ਤੋਂ ਉੱਪਰਲਾ ਤਰਕ ਹੈ। ਅਰਦਾਸ ਨਾਲ ਅਰਦਾਸ ਕਰਨ ਵਾਲੀ ਦਾ ਆਪਣੇ ਆਪ ਤੇ ਕਾਬੂ ਅਤੇ ਵਿਸ਼ਵਾਸ ਵੱਧ ਜਾਂਦਾ ਹੈ। ਅਤੇ ਇਹ ਸਵੈ ਕਾਬੂ ਹੀ ਸਭ ਮੁਸ਼ਕਲਾਂ ਦਾ ਰਾਹ ਖੋਲਦਾ ਹੈ। ਬੱਚਿਆਂ ਨੂੰ ਪਰਮਾਤਮਾ ਵਿੱਚ ਵੱਡਿਆਂ ਦੇ ਮੁਕਾਬਲੇ ਵਧੇਰੇ ਵਿਸ਼ਵਾਸ ਹੁੰਦਾ ਹੈ। ਇਸਤਰੀਆਂ ਆਪਣੇ ਆਪ ਨੂੰ ਜਾਣੀ-ਜਾਨ ਪਰਮਾਤਮਾ ਦੇ ਨੇੜੇ ਸਮਝਦੀਆਂ ਨੇ ਸੋ ਉਹ ਅਕਸਰ ਅਰਦਾਸ ਕਰਦੀਆਂ ਨੇ। ਅਰਦਾਸ ਕਰਨ ਵਾਲੇ ਅਰਦਾਸ ਕਰਨ ਵਾਲੇ ਦੀ ਸਥਿਤੀ ਮਾਸੂਮ ਬੱਚੇ ਦੇ ਮਨ ਵਾਲੀ ਹੁੰਦੀ ਹੈ ਅਰਦਾਸ ਵਿੱਚ ਕੋਈ ਚਲਾਕੀ ਜਾਂ ਚਤੁਰਾਈ ਨਹੀਂ ਚਲਦੀ ਚਲਾਕ ਬੰਦੇ ਵੀ ਅਰਦਾਸ ਕਰਦਿਆਂ ਸਾਉ ਤੇ ਸੁਹਿਰਦ ਹੋ ਜਾਂਦੇ ਨੇ ਇਹ ਸਾਡੀ ਹੋਂਦ ਦੀ ਉਹ ਅਵਸਥਾ ਹੁੰਦੀ ਹੈ ਜਦੋਂ ਸਾਡਾ ਸਰੀਰ ਸੌ ਜਾਂਦਾ ਹੈ ਅਤੇ ਸਾਡੀ ਆਤਮਾ ਜਾਗ ਪੈਂਦੀ ਹੈ